ਇਹ ਨੇ ਆਰਟੀਆਈ ਐਕਟਿਵਿਸਟ ਹਰਪ੍ਰੀਤ ਸਿੰਘ, ਜਿਨ੍ਹਾਂ ਦਾ ਮੋਬਾਈਲ ਸਾਲ 2015 ਦੇ ਵਿੱਚ ਚੋਰੀ ਹੋਇਆ ਸੀ। ਪਰ ਜਦੋਂ ਉਹ ਇਸ ਦੀ ਰਿਪੋਰਟ ਲਿਖਾਉਣ ਲਈ ਥਾਣੇ ਪਹੁੰਚੇ ਤਾਂ ਪੁਲਿਸ ਵਾਲਿਆਂ ਨੇ ਉਹਨਾਂ ਦੀ ਰਿਪੋਰਟ ਲਿਖਣ ਤੋਂ ਸਾਫ ਇਨਕਾਰ ਕਰ ਦਿੱਤਾ। ਇਸ ਸੰਬੰਧੀ ਜਦੋਂ ਉਹਨਾਂ ਨੇ ਸੀਨੀਅਰ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਚੋਰੀ ਦੀ ਥਾਂ ਗੁੰਮਸ਼ੁਦਗੀ ਦੀ ਰਿਪੋਰਟ ਲਿਖ ਕੇ ਆਪਣਾ ਪੱਲਾ ਝਾੜ ਦਿੱਤਾ। ਪਰ ਹਰਪ੍ਰੀਤ ਸਿੰਘ ਨੂੰ ਆਪਣੇ ਅਧਿਕਾਰਾਂ ਬਾਰੇ ਜਾਣਕਾਰੀ ਸੀ, ਜਿਸ ਤੋਂ ਬਾਅਦ ਉਹਨਾਂ ਨੇ ਪੰਜਾਬ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖਟਖਟਾਇਆ ਅਤੇ ਲਗਭਗ 3 ਸਾਲ ਕੇਸ ਲੜਨ ਤੋਂ ਬਾਅਦ ਉਹਨਾਂ ਨੂੰ ਨਾ ਸਿਰਫ ਇਨਸਾਫ ਮਿਲਿਆ ਸਗੋਂ ਜੋ ਪੈਸਾ ਉਹਨਾਂ ਨੇ ਇਸ ਕੇਸ ਨੂੰ ਲੜਨ ਲਈ ਖਰਚਿਆ ਸੀ ਉਹ ਵੀ ਕੋਰਟ ਨੇ ਪੁਲਿਸ ਨੂੰ ਅਦਾ ਕਰਨ ਦੇ ਹੁਕਮ ਜਾਰੀ ਕੀਤੇ ਨੇ। ਜਿਹੜਾ ਮੋਬਾਈਲ ਦਾ ਚੋਰੀ ਨਾਲ ਰਿਲੇਟਡ ਮਾਮਲਾ ਹੈ, ਸਾਨੂੰ 2015 ਦੀ ਗੱਲ ਹੈ, ਜਦੋਂ ਮੇਰਾ ਮੋਬਾਈਲ ਮੇਰੇ ਆਫਿਸ 'ਚ ਚੋਰੀ ਹੋ ਗਿਆ ਸੀ। ਇਸ ਸੰਬੰਧ ਵਿੱਚ ਮੈਂ ਥਾਣਾ ਸੀਟ ਨੂੰ ਇੱਕ ਰਿਟਨ ਕੰਪਲੇਂਟ ਦਿੱਤੀ ਜਿਹੜੀ ਕਿ 21/10/2015 ਨੂੰ ਪਹੁੰਚੀ। ਉਸ ਤੋਂ ਬਾਅਦ ਮੈਂ 23/10/2015 ਨੂੰ ਥਾਣਾ ਸਿਟੀ ਦੇ SH ਨੂੰ ਜਾ ਕੇ ਮਿਲਦਾ, ਜਿਨ੍ਹਾਂ ਨੇ ਚੋਰੀ ਦੀ ਰਿਪੋਰਟ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ 26/10/2015 ਨੂੰ ਮੈਂ ਮਾਨਯੋਗ ਅਦਾਲਤ SPGM ਜਲਾਲਾਬਾਦ ਸ਼੍ਰੀ ਕਪਿਲ ਦੇਵ ਸਿੰਗਲਾ ਦੀ ਅਦਾਲਤ 'ਚ ਐਪਲੀਕੇਸ਼ਨ ਮੂਵ ਕਰਦਾ, ਜਿੱਥੇ ਕਿ ਮਾਨਯੋਗ ਅਦਾਲਤ SH ਨੂੰ ਇਹ ਡਾਇਰੈਕਸ਼ਨਸ ਜਾਰੀ ਕਰਦੇ ਆ ਵੀ ਜਿਹੜੇ ਪ੍ਰਾਰਥੀ ਦੀ ਦਿੱਤੀ ਹੋਈ ਐਪਲੀਕੇਸ਼ਨ ਉੱਤੇ ਯੋਗ ਕਾਰਵਾਈ ਕੀਤੀ ਜਾਵੇ। FIR ਦਰਜ ਨਹੀਂ ਹੁੰਦੀ, ਬਲਕਿ ਇੱਕ ਪੁਲਿਸ ਵਾਲੇ ਇੱਕ ਝੂਠੀ ਰਿਪੋਰਟ ਤਿਆਰ ਕੀਤੀ ਜਾਂਦੀ, ਜਿਹ 'ਚ ਇਹ ਪੁਲਿਸ ਲਿਖਦੀ ਹੈ ਵੀ ਇਹ ਜਿਹੜਾ ਮੋਬਾਈਲ ਹੈ ਚੋਰੀ ਨਹੀਂ ਹੋਇਆ, ਚੋਰੀ ਹੋਣ ਦੀ ਬਜਾਏ ਗੁੰਮ ਹੋਇਆ। ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਉਹਨਾਂ ਦਾ ਮੋਬਾਈਲ ਵੀ ਮਿਲ ਗਿਆ ਅਤੇ ਚੋਰ ਨੂੰ ਵੀ ਪੁਲਿਸ ਨੇ ਫੜ ਲਿਆ, ਜਿਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਪੁਲਿਸ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਉਹਨਾਂ ਦੱਸਿਆ ਕਿ ਇਹ ਕੇਸ ਲਗਭਗ 3 ਸਾਲ ਚੱਲਿਆ ਅਤੇ ਕੇਸ ਲੜਨ ਲਈ ਉਹਨਾਂ ਨੇ ਜੋ ਆਪਣਾ ਕੰਮ ਕਾਰ ਛੱਡ ਕੇ ਕੇਸ ਲੜਨ ਪਿੱਛੇ ਆਪਣਾ ਸਮਾਂ ਅਤੇ ਪੈਸਾ ਬਰਬਾਦ ਕੀਤਾ, ਉਸ ਸੰਬੰਧੀ ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮ ਦਿੱਤਾ ਹੈ ਕਿ ਮੁਲਜ਼ਮ ਥਾਣਾ ਮੁਖੀ ਦੀ 2 ਸਾਲ ਦੀ ਤਨਖਾਹ ਅਤੇ ਉਸਦਾ ਇਨਕਰੀਮੈਂਟ ਪੱਕੇ ਤੌਰ 'ਤੇ ਜ਼ਬਤ ਕਰ ਲਿਆ ਜਾਵੇਗਾ। ਮੇਰਾ 6500 ਰੁਪਏ ਦਾ ਮੋਬਾਈਲ ਸੀ, ਇਹਨੂੰ ਖਰਚਣ ਵਾਸਤੇ 3.5 ਸਾਲ ਦਾ ਸਮਾਂ ਲਾਇਆ ਹੈਗਾ, ਉਹ 3.5 ਸਾਲਾਂ ਤੱਕ ਜਿਹੜਾ ਮੇਰਾ 3.5 ਲੱਖ ਰੁਪਇਆ ਖਰਚ ਹੋ ਗਿਆ ਸੀ। ਜਿਹੜੀ ਪੁਲਿਸ ਕਹਿੰਦੀ ਸੀ ਤੇਰਾ ਮੋਬਾਈਲ ਚੋਰੀ ਨਹੀਂ ਹੋਇਆ, ਗੁੰਮ ਹੋਇਆ, ਗੁੰਮਸ਼ੁਦਗੀ 'ਚ ਤਬਦੀਲ ਕਰਨਾ ਚਾਹੁੰਦੇ, ਅੱਜ ਉਸੇ ਹੀ ਪੁਲਿਸ ਨੇ ਮੇਰਾ ਮੋਬਾਈਲ ਲੱਭ ਕੇ ਦਿੱਤਾ ਔਰ ਚੋਰ ਵੀ ਲੱਭਿਆ ਇਸ ਮਸਲੇ 'ਚ। ਮੇਰੇ ਕੇਸ ਵਿੱਚ ਜਿਹੜਾ ਹੈ, ਜਿਹੜੇ ਵਿਭਾਗੀ ਪੜਤਾਲ ਹੋਈ, ਵਿਭਾਗੀ ਪੜਤਾਲ ਦੇ ਦਰਮਿਆਨ ਜਿਹੜਾ SHO ਹੈ ਉਹਨੂੰ SSP ਮੋਗਾ ਨੇ ਜਿਹੜੀ ਇਨਕੁਆਇਰੀ ਉਹਦੀ ਕੀਤੀ ਗਈ, ਉਹਦੇ ਦਰਮਿਆਨ ਜਿਹੜੀ ਆਹ ਮੈਂ ਤੁਹਾਨੂੰ ਦਿਖਾ ਰਿਹਾ ਹੈਗਾ, ਇਹ SSP ਮੋਗਾ ਦੁਆਰਾ ਕੀਤੀ ਗਈ ਇਨਕੁਆਇਰੀ ਰਿਪੋਰਟ ਹੈ। ਇਹਦੇ ਵਿੱਚ SSP ਮੋਗਾ ਲਿਖਦਾ ਹੈਗਾ, ਦੋਸ਼ੀ ਇੰਸਪੈਕਟਰ ਦਾ ਨਾਂ ਲਿਖ ਕੇ ਕਹਿੰਦਾ ਦੀ 2 ਸਾਲ ਦੀ ਕਮਾਈ ਨੌਕਰੀ ਇਨਕਰੀਮੈਂਟ ਲਈ ਪੱਕੇ ਤੌਰ 'ਤੇ ਜ਼ਬਤ ਕਰਨ ਦਾ ਜਿਹੜਾ ਹੁਕਮ ਪਾਸ ਕੀਤਾ ਜਾਂਦਾ, ਜਿਹਦਾ ਪ੍ਰਭਾਵ ਉਹਦੀ ਸਾਲਾਨਾ ਤਰੱਕੀ ਅਤੇ ਇਨਕਰੀਮੈਂਟ 'ਤੇ ਪਊਗਾ। ਇਹ SSP ਮੋਗਾ ਦਾ ਜਿਹੜਾ ਫੈਸਲਾ, ਜਿਹਦੇ 'ਤੇ ਮੈਂ ਖੁਸ਼ੀ ਜ਼ਾਹਰ ਕਰਦਾ ਔਰ SSP ਦੇ ਇਸ ਫੈਸਲੇ 'ਤੇ ਮੈਂ ਉਹਦਾ ਧੰਨਵਾਦ ਕਰਦਾ। ਸੋ ਅਕਸਰ ਛੋਟੀ ਮੋਟੀ ਘਟਨਾਵਾਂ ਨੂੰ ਨਜ਼ਰਅੰਦਾਜ਼ ਕਰਕੇ ਪੁਲਿਸ ਮਾਮਲਾ ਦਰਜ ਕਰਨ ਤੋਂ ਇਨਕਾਰ ਕਰ ਦਿੰਦੀ ਹੈ, ਪਰ ਇਸ ਵਾਰ ਉਹਨਾਂ ਦਾ ਵਾਅ ਇੱਕ ਅਜਿਹੇ ਸ਼ਖਸ ਨਾਲ ਪਿਆ ਜਿਨ੍ਹਾਂ ਨੇ ਨਾ ਸਿਰਫ ਆਪਣੇ ਹੱਕ ਲਈ ਅਤੇ ਨਾਲ ਹੀ ਪੁਲਿਸ ਦੇ ਮੁਲਾਜ਼ਮਾਂ ਨੂੰ ਸਬਕ ਸਿਖਾ ਕੇ ਸਮਾਜ ਦੇ ਲਈ ਇੱਕ ਉਦਾਹਰਣ ਪੇਸ਼ ਕੀਤੀ ਹੈ ਕਿ ਜੇਕਰ ਆਮ ਆਦਮੀ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਹੋਵੇ ਤਾਂ ਆਮ ਆਦਮੀ ਹੀ ਸਾਡੇ ਦੇਸ਼ ਵਿੱਚ ਸਭ ਤੋਂ ਖਾਸ ਹੈ, ਜਿਸ ਦੀ ਗਵਾਹੀ ਭਾਰਤ ਦਾ ਸੰਵਿਧਾਨ ਵੀ ਭਰਦਾ ਹੈ। ਲੁਧਿਆਣਾ ਤੋਂ ਗੁਰਦੇਵ ਸਿੰਘ ਦੀ ਰਿਪੋਰਟ।